ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਅੱਜ ਦਾ ਵਿਸ਼ਾ ਕੁਝ ਖਾਸ ਗੱਲਾਂ। ਮਕਾਨ ਅਤੇ ਘਰ ਵਿੱਚ ਬੜਾ ਫਰਕ ਹੁੰਦਾ ਹੈ, ਇਹ ਫਰਕ ਬਾਖੂਬੀ ਹਰ ਇਨਸਾਨ ਸਮਝਦਾ ਹੋਵੇਗਾ। ਅੱਜ ਦੀ ਦੁਨੀਆ ਵਿੱਚ ਆਪਾਂ ਸਮਝਦੇ ਹੀ ਹਾਂ। ਕਹਿਣ ਤੋਂ ਭਾਵ ਕੱਚੇ ਕੋਠਿਆਂ, ਛੰਨਾਂ ਤੋਂ ਲੈ ਕੇ ਛਤੀਰਾਂ ਤੋਂ ਅਗਾਂਹ ਆਪਾਂ ਲੈਂਟਰ ਪਾਪਾ ਕਈ ਮੰਜ਼ਿਲਾਂ ਕੋਠੀਆਂ ਵੀ ਪਾ ਲਈਆਂ ਨੇ। ਪਰ ਜਿਵੇਂ ਜਿਵੇਂ ਘਰ ਵੱਡੇ ਅਤੇ ਪੱਕੇ ਹੁੰਦੇ ਗਏ, ਰਿਸ਼ਤੇ ਓਨੇ ਹੀ ਕਮਜ਼ੋਰ ਅਤੇ ਕੱਚੇ ਹੁੰਦੇ ਗਏ। ਮਾਂ ਪਿਓ ਦਾ ਅੱਡ ਕਮਰਾ, ਧੀ ਦਾ ਅੱਡ ਕਮਰਾ, ਨੂੰਹ ਦਾ ਆਪਾਂ ਕਮਰਾ ਬਣਾ ਲਿਆ। ਜਿਹੜਾ ਪਿਆਰ ਕਦੇ ਇੱਕ ਮੰਜੇ 'ਤੇ ਬਹਿ ਕੇ ਰੋਟੀ ਖਾਣ ਵਿੱਚ ਆਉਂਦਾ ਸੀ, ਉਹ ਹੁਣ ਵੱਖ ਵੱਖ ਕਮਰਿਆਂ ਅਤੇ ਚਾਰ ਦੀਵਾਰੀ ਵਿੱਚ ਬੱਜ ਕੇ ਰਹਿ ਗਿਆ, ਜਿਹਨੂੰ ਅਸੀਂ ਅੱਜ ਕੱਲ੍ਹ ਦੀ ਪਨੀਰੀ ਮੁਤਾਬਿਕ ਪ੍ਰਾਈਵੇਸੀ ਆਖਦੇ ਹਾਂ। ਛੱਤਾਂ ਪਾ ਕੇ ਮਕਾਨ ਭਾਵੇਂ ਜਿੰਨੇ ਮਰਜ਼ੀ ਖੜ੍ਹੇ ਕਰੀ ਜਾਈਏ, ਪਰ ਘਰ ਉਦੋਂ ਹੀ ਬਣਦਾ ਹੈ ਜਦੋਂ ਤੁਸੀਂ ਸਾਰੇ ਜੀ ਇੱਕ ਛੱਤ ਥੱਲੇ ਦਿਲੋਂ ਖੁਸ਼ ਹੋ ਕੇ ਰਹਿੰਦੇ ਹੋ। ਗਰੀਬੀ ਇਨਸਾਨ ਨੂੰ ਇਨਸਾਨ ਹੀ ਬਣਾਈ ਰੱਖਦੀ ਹੈ, ਪਰ ਪੈਸਾ ਹਰ ਵਕਤ ਬੰਦੇ ਨੂੰ ਹਉਮੈ, ਮੈਂ ਅਤੇ ਅਕਿਰਤ ਕਰਨ ਵਾਲੀ ਸੋਚ ਵੱਲ ਧੱਕਦਾ ਰਹਿੰਦਾ। ਪੈਸੇ ਨੂੰ ਸਿਰਫ ਸਮੇਂ ਦੀ ਜ਼ਰੂਰਤ ਸਮਝੋ, ਪਰ ਉਸ ਜ਼ਰੂਰਤ ਨੂੰ ਆਦਤ ਨਾ ਬਣਨ ਦਿਓ, ਨਹੀਂ ਤਾਂ ਰਿਸ਼ਤਿਆਂ ਦਾ ਨਿੱਘ ਨਹੀਂ ਮਾਣ ਸਕੋਗੇ। ਥੋੜ੍ਹੀ ਖਾਓ ਪਰ ਇਕੱਠੇ ਰਹੋ, ਇਸੇ ਵਿੱਚ ਬਰਕਤ ਹੈ ਅਤੇ ਇਸੇ ਵਿੱਚ ਖੁਸ਼ੀਆਂ ਨੇ।